ਸਤਿ ਸ਼੍ਰੀ ਅਕਾਲ ਮੈਂ ਹਾਂ ਤਾਨਿਆ ਤੁਸੀਂ ਵੇਖ ਰਹੇ ਹੋ ਪੰਜਾਬ ਟੁਡੇ ਚੈਨਲ ਆਓ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਇੱਕ ਨਜ਼ਰ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਦਾ 18 ਜੁਲਾਈ ਨੂੰ ਸ਼੍ਰੀ ਹਰਿਮੰਦਰ ਸਾਹਿਬ 'ਚ ਆ ਕੇ ਸੇਵਾ ਕਰਨਾ ਸਿਰਫ ਇੱਕ ਸਿਆਸੀ ਸਟੰਟ ਹੈ। ਉਹਨਾਂ ਕਿਹਾ ਕਿ ਪਾਰਟੀ ਦੇ ਯੂਥ ਮੈਨੀਫੈਸਟੋ ਤੇ ਸ਼੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਨਾਲ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਨੂੰ ਦਰਸਾ ਕੇ ਪਾਰਟੀ ਨੇ ਘਿਨਾਉਣਾ ਗੁਨਾਹ ਕੀਤਾ ਹੈ। ਰੋਪੜ ਵਿਧਾਨ ਸਭਾ ਹਲਕੇ ਵਿੱਚ ਸੰਗਤ ਦਰਸ਼ਨ ਦੇ ਦੂਸਰੇ ਦਿਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਕੇਜਰੀਵਾਲ ਅਤੇ ਉਹਨਾਂ ਦੀ ਪਾਰਟੀ ਦੀ ਇਸ ਘਟਨਾ ਦੇ ਨਾਲ ਪੰਜਾਬ ਅਤੇ ਸਿੱਖਾਂ ਪ੍ਰਤੀ ਮਾਨਸਿਕਤਾ ਪੂਰੀ ਤਰ੍ਹਾਂ ਸਪਸ਼ਟ ਹੋ ਗਈ ਹੈ ਅਤੇ ਇਹ ਸਾਫ਼ ਹੋ ਗਿਆ ਕਿ ਉਹਨਾਂ ਦੀਆਂ ਹਿੰਦੂ ਸਿੱਖ ਅਤੇ ਮੁਸਲਿਮ ਭਾਈਚਾਰਿਆਂ ਦੇ ਸਨਮਾਨ ਪ੍ਰਤੀ ਕਿਸ ਤਰ੍ਹਾਂ ਦੀਆਂ ਭਾਵਨਾਵਾਂ ਹਨ। ਉਹਨਾਂ ਕਿਹਾ ਕਿ ਇੱਕ ਸੱਚੇ ਸ਼ਰਧਾਲੂ ਵਜੋਂ ਹਰ ਕੋਈ ਸ਼੍ਰੀ ਹਰਿਮੰਦਰ ਸਾਹਿਬ 'ਚ ਨਤਮਸਤਕ ਹੋ ਸਕਦਾ ਹੈ ਅਤੇ ਸੇਵਾ ਕਰ ਸਕਦਾ ਹੈ, ਪਰ ਕੇਜਰੀਵਾਲ ਅਤੇ ਉਸ ਦੀ ਪਾਰਟੀ ਸਾਥੀ ਇਹ ਸਭ ਕੁਝ ਸਿਆਸਤ ਲਈ ਕਰ ਰਹੇ ਹਨ। ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਹਿਣੀ ਅਤੇ ਕਰਨੀ ਵਿੱਚ ਵੱਡਾ ਅੰਤਰ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਦਾ ਪ੍ਰਸਤਾਵਿਤ ਦੌਰਾ ਉਹਨਾਂ ਦੇ ਅਤੇ ਪਾਰਟੀ ਦੇ ਤੇਜ਼ੀ ਨਾਲ ਡਿੱਗ ਰਹੇ ਵਕਾਰ ਨੂੰ ਬਚਾਉਣ ਲਈ ਇੱਕ ਸਿਆਸੀ ਸਟੰਟ ਤੋਂ ਬਿਨਾਂ ਕੁਝ ਵੀ ਨਹੀਂ ਹੈ। ਆਪਣੇ ਸੰਗਤ ਦਰਸ਼ਨ ਦੇ ਦੂਜੇ ਦਿਨ ਮੁੱਖ ਮੰਤਰੀ ਬਾਦਲ ਨੇ ਰੋਪੜ ਸ਼ਹਿਰ ਲਈ ਵੱਖ ਵੱਖ ਵਿਕਾਸ ਸਕੀਮਾਂ ਲਈ 3.30 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਅਤੇ 18 ਪਿੰਡਾਂ ਨੂੰ 1.7 ਕਰੋੜ ਰੁਪਏ ਦੇ ਵਿਕਾਸ ਗ੍ਰਾਂਟ ਵੀ ਦਿੱਤੀ। ਉਹ ਮਾਫੀ ਮੰਗੇ, ਕੋਈ ਮੈਨੂੰ ਕੋਈ ਕਿਸੇ ਦੀ ਜਾਤ ਦੇ ਖਿਲਾਫ ਨਹੀਂ, ਅਸੀਂ ਮੈਂ ਸਾਰੀ ਜ਼ਿੰਦਗੀ ਕਿਸੇ ਸ਼ਖਸੀਅਤ ਦੇ ਜਾਤੀ ਨਹੀਂ ਖਿਲਾਫ, ਕੁਛ ਵੀ ਕਰ ਲਏ ਪਰ ਜਿਹੜੇ ਉਹਨਾਂ ਦੇ ਅੰਦਰੂਨੀ ਜਜ਼ਬਾਤ ਹੈ ਉਹ ਤਾਂ ਪੰਜਾਬ ਦੇ ਲੋਕਾਂ ਦੇ ਜਾਂ ਦੇਸ਼ ਦੇ ਲੋਕਾਂ ਦੇ ਸਾਹਮਣੇ ਆ ਗਏ। ਇਹ ਤਾਂ ਪਤਾ ਲੱਗਿਆ ਉਹਨੂੰ, ਇਹ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਨਾ ਕਿ ਉਹ ਧਰਮ ਦਾ ਧਰਮ ਭਾਵੇਂ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਉਹ ਧਰਮਾਂ ਦਾ ਕਿੰਨਾ ਸਤਿਕਾਰ ਕਰਦੇ। ਆਪਾਂ ਕੋਈ ਇਹ ਤਾਂ ਹੈ ਨਹੀਂ ਵੀ ਕਿਸੇ ਨੂੰ ਕੋਈ, ਇਹ ਤਾਂ ਇੱਕ ਅੰਦਰਲੀ ਅਤੇ ਦੇਖੋ ਜੇ ਇਹੋ ਜਿਹੀ ਕਿਹੜੀ ਪਾਰਟੀ ਹੈ ਜਿਹਦੇ ਪ੍ਰਧਾਨ ਨੂੰ ਪਤਾ ਹੀ ਨਹੀਂ ਕਿ ਮੈਨੀਫੈਸਟੋ ਪੰਜਾਬ ਵਾਸਤੇ ਕੀ ਹੈ। ਦੇਖੋ ਇਹ ਲੋਕ ਧੋਖਾ ਦਿੰਦੇ ਆ, ਚੁਗਲੀਬਾਜ਼ ਹੈ ਔਰ ਇਸ ਗੱਲਾਂ ਕਰਕੇ ਲੋਕਾਂ ਨੂੰ ਗਲਾਉਂਦੇ ਆ। ਅਸੀਂ ਗਰੀਬਾਂ ਦੇ ਕੀ ਕਰਨਾ, ਇਹਨਾਂ ਨੇ ਗਰੀਬਾਂ ਦਾ ਦਿੱਲੀ ਨਹੀਂ ਕੀਤੇ ਸੀ, ਇਹ ਉਹਦੀ ਮਰਜ਼ੀ ਹੈ ਜੀ। ਮਾਫ਼ੀ ਤਾਂ ਕੋਈ ਮੰਗ ਲਏ, ਮੈਂ ਮਾਫ਼ੀ ਕਰਨਾ ਚਾਹੁੰਦਾ, ਲੇਕਿਨ ਇਹ ਇੱਕ ਵਜਰ ਪਾਪ ਕੀਤਾ ਹੈ। ਮਾਫ਼ ਠੀਕ ਹੈ, ਚੰਗੀ ਗੱਲ ਹੈ, ਮਾਫ਼ੀ ਚੰਗੀ ਮਾੜੀ ਦਾ ਜੀ, ਲੇਕਿਨ ਜਿਹੜੀ ਅੰਦਰੂਨੀ ਗੱਲ ਹੈ ਲੋਕਾਂ ਨੂੰ ਪਤਾ ਲੱਗ। ਹੁਣ ਭਾਵੇਂ ਹਰਿਮੰਦਰ ਸਾਹਿਬ 'ਤੇ ਹਮਲਾ ਹੋਇਆ 84 ਦੇ ਕਤਲਾ, ਮੈਂ ਹੁਣ ਭਾਵੇਂ ਮਾਫ਼ੀ ਮੰਗ ਲਈ, ਇਹ ਤਾਂ ਪਤਾ ਲੱਗ ਗਿਆ ਨਾ ਵੀ ਕਾਂਗਰਸ ਕਹੀ ਕੀ ਉਹਨਾਂ ਦੇ ਦਿਲਾਂ 'ਚ ਜਜ਼ਬਾਤ ਹੈ ਕੋਈ ਧਰਮ ਦਾ ਸਤਿਕਾਰ। ਚਲੋ ਦੇਖੋ ਮੇਰੀ ਗੱਲ ਸੁਣਨਾ, ਇਹ ਟੈਸਟ ਹੁੰਦਾ ਹੈ। ਅਮਰਿੰਦਰ ਸਿੰਘ ਵੀ ਕਹਿੰਦਾ ਮੈਂ ਦਰਬਾਰ ਲਾਇਆ ਕਰਾਂਗਾ, ਪਹਿਲਾਂ ਤਾਂ ਕੋਈ ਚੀਫ ਮਿਨਿਸਟਰ ਅੱਜ ਦੇ ਜ਼ਮਾਨੇ 'ਚ ਉਹ ਤਾਂ ਰਾਜੇ ਮਹਾਰਾਜੇ ਹੈ, ਰਾਜੇ ਮਹਾਰਾਜੇ ਲਾਉਂਦੇ ਹੁੰਦੇ ਸੰਸਾਰ 'ਚ ਇੱਕ ਦਿਨ ਦਰਬਾਰ। ਇਹ ਅਸੀਂ ਜਿਹੜੀ ਗੱਲ ਮੇਰਾ ਅਜੇ ਕਰਨ ਦਿੱਤਾ ਕਿ ਅਸੀਂ ਸੰਗਤ ਦਰਸ਼ਨ 20-25 ਸਾਲਾਂ ਦਾ ਕਰਾਂਗੇ। ਅਨੰਦਪੁਰ ਸਾਹਿਬ ਤੋਂ ਬਿਮਲ ਕੁਮਾਰ ਦੀ ਰਿਪੋਰਟ, ਪੰਜਾਬ ਟੁਡੇ। ਮਲੇਰਕੋਟਲਾ 'ਚ ਹੋਏ ਕੁਰਾਨ ਸ਼ਰੀਫ ਦੀ ਬੇਅਦਬੀ ਮਾਮਲੇ 'ਚ ਫਸੇ ਦਿੱਲੀ ਦੇ ਵਿਧਾਇਕ ਨਰੇਸ਼ ਯਾਦਵ ਸੰਗਰੂਰ ਦੀ CIA ਪੁਲਿਸ ਸਾਹਮਣੇ ਪੇਸ਼ ਹੋਏ। ਇਸ ਮੌਕੇ ਉਹਨਾਂ ਨਾਲ ਆਪ ਸਾਂਸਦ ਭਗਵੰਤ ਮਾਨ ਅਤੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੀ ਹਾਜ਼ਰ ਸਨ। ਇਸ ਮੌਕੇ ਨਰੇਸ਼ ਯਾਦਵ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਅਕਾਲੀ ਸਰਕਾਰ ਉਹਨਾਂ ਨੂੰ ਜਾਣ ਬੁੱਝ ਕੇ ਫਸਾ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਜਾਂਚ ਲਈ ਤਿਆਰ ਹਾਂ ਅਤੇ ਜੇ ਪੁਲਿਸ ਸਾਨੂੰ ਰਾਤ 12 ਵਜੇ ਫੋਨ 'ਤੇ ਸੂਚਿਤ ਕਰੇਗੀ ਤਾਂ ਅਸੀਂ ਆਵਾਂਗੇ, ਮੈਨੂੰ ਨੋਟਿਸ ਦੀ ਵੀ ਜ਼ਰੂਰਤ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਹ ਸਭ ਰਾਜਨੀਤਿਕ ਸ਼ੜਯੰਤਰ ਦਾ ਮਾਮਲਾ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਮਿਲਣ ਲਈ ਜਾਣਨ ਵਾਲੇ ਅਤੇ ਅਣਜਾਣ ਕਈ ਲੋਕ ਆਉਂਦੇ ਹਨ। ਉਹਨਾਂ ਨੇ ਕਿਹਾ ਕਿ ਅਗਰ ਕੁਰਾਨ ਦੀ ਬੇਅਦਬੀ ਮਾਮਲੇ 'ਚ ਗੱਲ ਮੇਰੇ 'ਤੇ ਆਵੇਗੀ ਤਾਂ ਮੈਨੂੰ ਸੂਲੀ 'ਤੇ ਚੜ੍ਹਾ ਦਿਓ। ਉਹਨਾਂ ਕਿਹਾ ਕਿ ਆਸ਼ੀਸ਼ ਖੇਤਾਨ ਖਿਲਾਫ਼ ਵੀ ਝੂਠਾ ਕੇਸ ਬਣਾਇਆ ਗਿਆ ਹੈ, ਇਸ ਸਭ ਨਾਲ ਅਸੀਂ ਡਰਨ ਵਾਲੇ ਨਹੀਂ ਹਾਂ। सभी को साथ लेकर कैसी राजनीति करती है, सभी धर्म का सम्मान करती है। लास्ट जो इन्वेस्टिगेशन में हमें बुलाया था उन्होंने कहा था कि आपको फोन करके बुलाएंगे, कल हमारे पास फोन आया,
केवल फोन करने से मैं यहाँ इन्वेस्टिगेशन में आ गया हूँ और किसी भी तरह का कोई सहयोग मुझसे चाहिए मैं अवेलेबल हूँ। सारे जवाब चाहे रात को 12 बजे तक रखेंगे मैं अवेलेबल हूँ, सारे जवाब जितने भी होंगे मैं सच सच जवाब दूंगा, क्योंकि ये राजनीतिक षड्यंत्र का मुकदमा है, झूठा मुकदमा है। ऐसी आशंका थी, आम आदमी के साथ में पंजाब के सारे धर्म के लोग खड़े हुए हैं, इसीलिए ये लोग बुखला गए हैं पूरी तरह से। अब इनके पास में ये झूठे मुकदमे लगाने के अलावा कोई चारा नहीं है और इनसे मैं कह दे रहा हूँ बिल्कुल क्लियर कट शब्दों में, किसी तरह से भी हमें डराने की कोशिश करेंगे हम डरने वाले लोग नहीं है। नरेश यादव, अगर ये गिरफ्तारी करें, जेल में डालें, कुछ भी करें, हम लोग तैयार हैं इसके लिए। हम लोग सच्चे इंसान हैं, सच्ची लड़ाई लड़ रहे हैं। मलेरकोटला तो कैमरामैन जसवीर मान दे नाल हर्ष कौशल की रिपोर्ट, पंजाब टुडे। पंजाब च विकास कार्यों को गति देते हुए पंजाब के उप मुख्यमंत्री सुखबीर सिंह बादल ने फरीदकोट में होने वाले 118 करोड़ के विकास कार्यों की शुरुआत की, जिस च सीवरेज, वाटर सप्लाई, स्ट्रीट लाइटा और गलिया का काम किया जाएगा। इस मौके उन्होंने सब तो पहला फरीदकोट के कमियाना रोड से खुद काम की शुरुआत करवाई। इस मौके सुखबीर बादल ने कहा कि जिस कंपनी को इस काम का ठेका दिता गया है वो कंपनी ही 10 साल तक उसकी देखरेख करेगी। उन्होंने कहा कि जो पुड्डा दे प्लाट फरीदकोट विच कटे जाने सी वो भी जल्द ही शुरू कर दिता जाएगा। सौ फीसदी सीवरेज पीना पाना, सड़कां भी इन्हें बनाई है, पानी का भी कम इन्हें करना है, लाइटा भी इन्हें लानी है, तो 10 साल मेनटेन भी इन्हें करना है। तो यह तो वधिया स्कीम अपने हल्के वास्ते नहीं हो सकती। एक पुड्डा ने इत्थे कलोनी बनाई है शुगर मिल साइड, वो 245 के करीब प्लॉट कटे हैं, वो पिछले 13 के जी इन्होंने ड्रा कटे सन, वो हजे तक कोई भी कह दूँ मैं वो ही मैं अफसर कहूँगा उन्होंने छेती प्लेट्स ज़्यादा। फरीदकोट तो सूरज प्रकाश की रिपोर्ट, पंजाब टुडे। बठिंडा च यूनियन बैंक ऑफ इंडिया च 6,93,000 रुपए की लुट का मामला सामने आया है। दरअसल पेट्रोल पंप का एक कर्मचारी बैंक च पैसे जमा करवाउन आया सी अते किसे अनजान व्यक्ति ने बैंक मैनेजर के कमरे च इस कर्मचारी नूं धोखे नाल लुट लिया अते फरार हो गया। उधर ये सारी वारदात बैंक के सीसीटीवी कैमरे च कैद हो गई है। घटना की जानकारी मिलते ही पुलिस ने मौके पर पहुंच के जांच शुरू कर दी है। पुलिस जल्द ही लुटेरियां नूं काबू करने का दावा कर रही है। मैं हिंदी की बात है कि सोफे की एनएफएल सीताराम अग्रवाल, एनएफएल सीताराम अग्रवाल कैश जमा कराने आए थे 9,63,000 रुपए। नहीं सर, यहाँ आए हम पहली बार जमा कराना है, यहाँ पे अगर वहीं पे बैंक है ना एनएफएल सी, वहीं जमा करा देंगे। उधर कनेक्टिविटी नहीं तो वो ले इधर चले जाओ, तो इधर लेके आए कैश, वाउचर में भर के ले आए थे उधर, कहना वाउचर दो पैसे जमा कराने। ना ना सरदार नहीं, सीधे ही सीधा दाढ़ी बुढ़ी कुछ नहीं सी, ऐसा ही होगा 25-26 साल का। उसने यहाँ पे चेक करवाए पूरे, तो क्या मैं बैठ के कराई, तो उसके बाद कहना चलो मैं जमा कराने जा रही, मैं देखा उधर चला गया लेके, फिर मुड़ के मेरे पास रह गए थे 2,70,000 रुपए, उसको फड़े रहे मैं कि फिर आऊंगा लेने, तो मुड़ के फिर आया ही नहीं। एक नहीं नहीं 7,00,000 नहीं 193,000 वाले, 1,93,000 वो सी, 5,00,000 ये सी, 6,93,000 रुपए। सीताराम पेट्रोल पंप तो इन्हों मैनेजर साहब पैसे जमा करवाने आए थे बैंक के, जो कि उत्थे लाइन के खड़े से, तो उत्थे एक बंदा धोखे नाल इन्हों पैसे जमा कराने के लिए पैसे पकड़े तो चला गया, उन्होंने तो पैसे लेना गया, जिसकी कि हम भाल जारी, 9,63,000 जमा करवाए थे, 6,93,000 वो लेके चल गए। जो बैंक के अंदर सीसीटीवी कैमरे वो उन्हों की फोटो आ गई है पैसे ले जाने वाले की, बाकी बाहर जो बाकी सीसीटीवी कैमरे है उन्होंने पड़ताल चल रही है, कोशिश कर रहे हैं लभन की सीसीटीवी कैमरा, जगह तो कोई व्हीकल वगैरह आता तो ट्रेस करने की कोशिश कर रहे हैं। बठिंडा तो जुगनू शर्मा की रिपोर्ट, पंजाब टुडे। पठानकोट पुलिस ने एक अजिहे सीआरपीएफ के सिपाही भगौड़े दोषी नूं काबू किया है जिसने अपनी मां का कतल किया सी। पुलिस मुताबक 15/9/2014 नूं सुजानपुर वासी करण सिंह, जिसके अपनी साली नाल नजायज संबंध सन अते अपने घर विच रोजाना के लड़ाई झगड़े कारण
दोषी वालों दातर नाल अपनी पत्नी अते मां ते हमला कर दिता गया सी, जिस च दोषी की मां की मौत हो गई सी अते पत्नी गंभीर रूप में जख्मी हुई सी। इस तों बाद ये युवक भगौड़ा चल रहा सी। SSP पठानकोट ने दसिया कि यह युवक CRPF च नौकरी करता सी अते उसनु छड़ के UP विच अपनी साली नाल रह रहा सी। SSP ने दसिया कि उन्होंने गुप्त सूचना के आधार पर इसनु काबू किया है। पुलिस ने इसनु गिरफ्तार कर अगली कार्रवाई शुरू कर दिती है। ये साढ़े 15-14 में एक मुकदमा दर्ज हुआ सी कतल दा थाना सुजानपुर FIR नंबर 103 ये दोषी करण सिंह सीगा इसकी माता सी पुष्पा राणी और वाइफ सी आशा राणी। ये बंदा ex-CRPF का CRPF तो छड़ के आएगा ਇਹਦਾ ਉਸ ਤੋਂ ਬਾਅਦ ਉਹਦੇ ਨਹੀਂ CRPF ਨੇ ਉਹਨੂੰ ਬਰਖਾਸਤ ਕਰਤਾ ਸੀਗਾ, ਲੇਕਿਨ ਇਹਨੇ ਵਾਪਸ ਆ ਕੇ ਆਪਣੇ ਪਿੰਡ 'ਚ ਆਪਣੇ ਘਰ 'ਚ ਆਪਣੀ ਜਿਹੜੀ ਗਲਤ ਗਤੀਵਿਧੀਆਂ ਸੀਗੀਆਂ ਜਾਰੀ ਰੱਖੀਆਂ, ਗਲਤ ਸੜਕਾਂ ਜਾਰੀ ਰੱਖੀਆਂ। ਇਸ ਤਰ੍ਹਾਂ ਉਹ ਇਨਫੋਰਮੇਸ਼ਨ ਇਹਦੀ ਆਪਣੀ ਸਾਲੀ ਨਾਲ ਗਲਤ ਸੰਬੰਧ ਬਣ ਗਏ ਸੀਗੇ, ਜਿਸ ਤੋਂ ਇਹਦੀ ਮਾਂ ਅਤੇ ਇਹਦੀ ਵਾਈਫ ਨੂੰ ਰੋਲਦੀਆਂ ਸੀ। ਇਹ ਉਹਨੂੰ ਆ ਕੇ ਕੁੱਟਮਾਰ ਕਰਦਾ ਸੀਗਾ, ਉਹਨਾਂ ਦੇ ਖਿਲਾਫ਼ ਹੋਰ ਮੁਕਦਮਾ 452 ਅੰਡਰ ਦਰਜ ਕਰਾਇਆ ਸੀ। ਉਸ ਨੇ ਉੱਥੇ ਆਇਆ ਆਪਣੇ ਘਰ ਦਸ ਲੈ ਕੇ ਆਇਆ, ਇਹਨੇ ਆ ਕੇ ਲਲਕਾਰਾ ਮਾਰਿਆ ਵੀ ਤੁਸੀਂ ਮੇਰੇ ਖਿਲਾਫ਼ ਪਰਚਾ ਦਰਜ ਕਰਾਇਆ ਔਰ ਤੁਹਾਨੂੰ ਮੈਂ ਸਜ਼ਾ ਦਿੰਦਾ, ਤੁਹਾਨੂੰ ਮੌਤ ਖਾਣਾ। ਤੇ ਉਹਨੇ ਆਪਣੀ ਮਾਂ ਦੇ ਸਿਰ 'ਤੇ ਦੱਤ ਦਾ ਵਾਰ ਕੀਤਾ, ਵਾਈਫ ਜਾਣ ਆਈ, ਵਾਈਫ 'ਤੇ ਵਾਰ ਕੀਤੇ ਨੇ ਔਰ ਇਹ ਵਾਰ ਨੂੰ ਕਰਕੇ ਖੁਦ ਦੌੜ ਗਿਆ। ਇਹਦੀ ਮਾਂ ਵੀ ਉਸ ਕੇਸ 'ਚ ਮੌਤ ਵੀ ਸੀਗੀ ਅਤੇ ਵਾਈਫ ਵੀ ਜ਼ਖਮੀ ਹੋਈ ਸੀ। ਉਦੋਂ ਤੋਂ ਅਸੀਂ ਇਹਦੇ ਖਿਲਾਫ਼ ਇਹਦੀ ਭਾਲ ਕਰ ਰਹੇ ਸੀਗੇ, ਇਹ ਦੌੜ ਗਿਆ ਸੀਗਾ। ਇਹਨੂੰ ਅਦਾਲਤ ਨੇ PO ਭੁਗੋੜਾ ਕਰਤਾ ਸੀਗਾ, ਮੁਲਜ਼ਮ ਇਸ਼ਤਿਹਾਰੀ। ਇਹਨੂੰ ਫੜਨ ਵਾਸਤੇ ਵੀ PO ਸਟਾਫ ਦਾ ਗਠਨ ਕੀਤਾ ਜਾ ਰਿਹਾ, ਕਾਫ਼ੀ ਅੱਛਾ ਸਾਫ ਕੰਮ ਕਰਿਆ। ਹਰ ਮਹੀਨੇ ਉਹ ਕਾਫ਼ੀ PO ਸਾਡੇ ਫੜਦੇ ਨੇ, ਸੋ ਉਹਨਾਂ ਨੇ ਇਹਦੇ ਬਾਰੇ ਕਾਫ਼ੀ ਮਿਹਨਤ ਕੀਤੀ। ਮਿਸਟਰ ਲਖਵਿੰਦਰ ਸਿੰਘ ਸਮਝਤ ਨੇ ਉਹ UP 'ਚ ਜਾ ਕੇ ਅਮਰੋਹਾ ਡਿਸਟ੍ਰਿਕਟ ਤੋਂ ਇਹਦੀ ਬਿਲਕੁਲ ਪਿੰਨ ਪੁਆਇੰਟ ਇਨਫੋਰਮੇਸ਼ਨ ਕਰਕੇ ਕੱਢ ਕੇ ਉਹਨਾਂ ਨੇ ਇਹਦੇ ਕੱਲ੍ਹ ਉੱਥੇ ਵੇਖ ਕੀਤਾ। ਇਹਨੂੰ ਕੱਲ੍ਹ ਉੱਥੇ ਜਾ ਕੇ ਉਹਨਾਂ ਨੇ ਗ੍ਰਿਫਤਾਰ ਕੀਤਾ, ਗ੍ਰਿਫਤਾਰ ਕਰਕੇ ਇਹਨੂੰ ਲਿਆ ਗਿਆ ਜਿਹੜੀ ਕੋਰਟ ਪੇਸ਼ ਕਰਤਾ ਪਠਾਨਕੋਟ। ਔਰ ਸਾਨੂੰ ਅਦਾਲਤ ਨੇ 11 ਤਰੀਕ ਤੱਕ ਇਹਦਾ ਸਾਨੂੰ ਪੁਲਿਸ ਸਨਮਾਨ ਮਿਲਿਆ ਹੈਗਾ, ਇਹਦੀ ਪੁੱਛਗਿੱਛ ਜਾਰੀ ਹੈ। ਪਠਾਨਕੋਟ ਤੋਂ ਕੈਮਰਾਮੈਨ ਧਰਮਿੰਦਰ ਠਾਕੁਰ ਦੇ ਨਾਲ ਕਮਲ ਰੰਧਾਵਾ ਦੀ ਰਿਪੋਰਟ, ਪੰਜਾਬ ਟੁਡੇ। ਫਿਲੌਰ ਵਿਖੇ ਪਟਵਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਤਹਿਸੀਲ ਕੰਪਲੈਕਸ ਤੋਂ ਲੈ ਕੇ SDM ਦਫ਼ਤਰ ਤੱਕ ਨਾਅਰੇਬਾਜ਼ੀ ਕਰਦੇ ਹੋਏ ਰੋਸ ਰੈਲੀ ਕੱਢੀ ਅਤੇ ਫਿਰ ਉੱਥੇ ਪੁੱਜ ਕੇ ਧਰਨਾ ਦੇ ਕੇ ਜੰਮ ਕੇ ਸਰਕਾਰ ਖਿਲਾਫ਼ ਭੜਾਸ ਕੱਢੀ। ਪਟਵਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 22 ਜੂਨ ਤੋਂ ਹੜਤਾਲ ਕੀਤੀ ਹੋਈ ਹੈ। ਇਸ ਸੰਬੰਧ 'ਚ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਵਿਪਨ ਕੁਮਾਰ ਨੇ ਦੱਸਿਆ ਕਿ ਸਰਕਾਰ ਲੰਬੇ ਸਮੇਂ ਤੋਂ ਉਹਨਾਂ ਦੀਆਂ ਮੰਗਾਂ 'ਤੇ ਗੌਰ ਨਹੀਂ ਕਰ ਰਹੀ, ਜਿਸ ਕਾਰਨ ਉਹਨਾਂ ਨੂੰ ਹੜਤਾਲ ਦਾ ਰਸਤਾ ਚੁਣਨਾ ਪਿਆ ਹੈ। ਇਸ ਦੌਰਾਨ ਉਹਨਾਂ ਵੱਲੋਂ ਇੱਕ ਮੰਗ ਪੱਤਰ ਤਹਿਸੀਲ ਪ੍ਰਧਾਨ ਫਿਲੌਰ ਨੂੰ ਵੀ ਦਿੱਤਾ ਗਿਆ। ਅੱਜ ਦੀ ਸਟ੍ਰਾਈਕ ਜਿਹੜੀ ਆ ਸਾਡੀ ਜਿਹੜੀ ਪੰਜਾਬ ਦੀ ਮੈਂਬਰਸ਼ਿਪ ਹੈ ਸਾਡੀ, ਉਹਨਾਂ ਦੇ ਆਦੇਸ਼ ਦੇ ਮੁਤਾਬਕ ਅੱਜ ਪੂਰੇ ਪੰਜਾਬ ਦੇ ਵਿੱਚ ਤਹਿਸੀਲ ਲੈਵਲ 'ਤੇ ਗੇਟ ਰੈਲੀਆਂ ਕਰਨ ਦਾ ਜਿਹੜਾ ਸਾਨੂੰ ਪ੍ਰੋਗਰਾਮ ਸੀ ਉਹਦੇ ਮੁਤਾਬਕ ਅਸੀਂ ਤਹਿਸੀਲ ਫਿਲੌਰ ਦੇ ਵਿੱਚ ਵੀ ਅੱਜ ਰੈਲੀ ਕੀਤੀ ਅਤੇ ਉਹਦੇ ਮੰਗਾਂ ਦੇ ਸੰਬੰਧ ਵਿੱਚ SDM ਸਾਹਿਬ ਨੂੰ ਮੰਗ ਪੱਤਰ ਦੇਣਾ ਸੀ, ਪਰ SDM ਸਾਹਿਬ ਛੁੱਟੀ 'ਤੇ ਹੋਣ ਕਰਕੇ ਉਹ ਮੰਗ ਪੱਤਰ ਜਿਹੜਾ ਆ ਤਹਿਸੀਲਦਾਰ ਫਿਲੌਰ ਨੂੰ ਦਿੱਤਾ ਗਿਆ ਜੀ। ਇਹ ਰੈਲੀ ਜਿਹੜੀ ਆ ਸਾਡੀਆਂ ਬਹੁਤ ਦੇਰ ਤੋਂ ਜਿਹੜੀਆਂ ਲਟਕਦੀਆਂ ਮੰਗਾਂ ਆ ਉਹਦੇ ਸੰਬੰਧ ਵਿੱਚ ਆ, ਅਤੇ ਜਿਹੜੀਆਂ ਸੀਟਾਂ ਸਾਡੇ ਇਹਦੇ ਵਿੱਚੋਂ 2-3 ਮੇਨ ਮੰਗਾਂ ਹੈਗੀਆਂ ਜਿਹੜੀਆਂ ਬਹੁਤ ਜ਼ਰੂਰੀ ਹੈਗੀਆਂ, ਜਿੱਦਾਂ ਕਿ ਸਾਡੀਆਂ ਕੁੱਲ 394 ਜਿਹੜੀਆਂ ਸੀਟਾਂ ਹੈਗੀਆਂ ਆ ਜਲੰਧਰ ਜ਼ਿਲ੍ਹੇ ਦੀਆਂ ਪੋਸਟਾਂ ਪਟਵਾਰੀਆਂ ਦੀਆਂ, ਉਹਦੇ ਵਿੱਚੋਂ 187 ਸੀਟਾਂ ਜਿਹੜੀਆਂ ਉਹ ਖਾਲੀ ਪਈਆਂ। ਉਹ 187 ਸੀਟਾਂ ਦਾ ਜਿਹੜਾ ਵਾਧੂ ਕੰਮ ਆ ਉਹ ਸਾਨੂੰ ਦਿੱਤਾ ਗਿਆ ਸੀ, ਉਹਦੇ ਵਿੱਚ ਸਾਨੂੰ ਨਾ ਤਾਂ ਕੋਈ ਮਿਹਨਤਾਨਾ ਦਿੱਤਾ ਗਿਆ ਔਰ ਨਾ ਹੀ ਕੋਈ ਪਟਵਾਰੀਆਂ ਦੀ ਭਰਤੀ ਸੰਬੰਧੀ ਗੌਰਮੈਂਟ ਵੱਲੋਂ ਕੋਈ ਕਾਰਵਾਈ ਕੀਤੀ ਗਈ। ਹੁਣ ਜਿਹੜਾ ਤੁਹਾਡਾ ਧਰਨਾ ਲੱਗਿਆ ਉਹਦੇ ਸੰਬੰਧ 'ਚ ਕੰਮ ਚਾਲੂ ਆ ਕਿ ਬੰਦ ਕੀਤਾ ਗਿਆ? ਨਹੀਂ, ਅਸੀਂ 23 ਤਰੀਕ ਤੋਂ 23 ਜੂਨ ਤੋਂ ਲੈ ਕੇ ਅੱਜ ਤੱਕ ਵੀ ਸਾਡਾ ਕੰਮ ਬੰਦ ਸੀ ਔਰ ਅਗਲੇ ਹੁਕਮਾਂ ਤੱਕ ਵੀ ਜਿਹੜੇ ਵਾਧੂ ਸਰਕਲਾਂ ਦਾ ਕੰਮ ਆ ਉਹ ਬੰਦ ਰਹੂਗਾ। ਠੀਕ। ਫਿਲੌਰ ਤੋਂ ਨਰੇਸ਼ ਕੁਮਾਰ ਦੀ ਰਿਪੋਰਟ, ਪੰਜਾਬ ਟੁਡੇ। ਇਹ ਸਨ ਅੱਜ ਤੱਕ ਦੀਆਂ ਮੁੱਖ ਖਬਰਾਂ। ਕੱਲ੍ਹ ਨਵੀਆਂ ਅਤੇ ਤਾਜ਼ੀਆਂ ਖਬਰਾਂ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਵੇਖਦੇ ਰਹੋ ਪੰਜਾਬ ਟੁਡੇ ਚੈਨਲ। ਤੁਸੀਂ ਸਾਡਾ ਇਹ ਚੈਨਲ ਫਾਸਟਵੇ TV ਨੈਟਵਰਕ ਦੇ ਰਾਹੀਂ 143 ਤਰ੍ਹਾਂ ਦੇ IPTV ਬੋਕਸਿਸ ਦੇ ਨਾਲ ਨਾਲ ਐਪਲ, ਐਂਡਰਾਇਡ ਅਤੇ ਸਮਾਰਟ TV 'ਤੇ ਵੀ ਵੇਖ ਸਕਦੇ ਹੋ। ਸਾਡੇ ਚੈਨਲ ਨੂੰ ਔਨਲਾਈਨ ਵੇਖਣ ਲਈ ਵਿਜ਼ਿਟ ਕਰੋ www.punjabtoday.com। ਇਸੇ ਦੇ ਨਾਲ ਨਾਲ ਸਾਨੂੰ ਸੋਸ਼ਲ ਨੈਟਵਰਕਿੰਗ ਸਾਈਟਸ 'ਤੇ ਵੀ ਲਾਈਕ ਕਰ ਸਕਦੇ ਹੋ। ਤਦ ਤੱਕ ਲਈ ਦਵੋ ਇਜਾਜ਼ਤ, ਸਤਿ ਸ਼੍ਰੀ ਅਕਾਲ।